हेलो फ्रेंड, वेलकम बैक टू पंजाबी फूड विद गीता। आज की वीडियो में आपां तुहानू एप्पल जैम बनाउणा दसांगे। देखो कितना वधिया मैं एप्पल जैम बनाया, ते हुण इहनू चेक कर देखदे हां। वाओ, वेरी टेस्टी, बहुत ही वधिया बनिया। ते हुण मैं इहनू इस तरह ला लिया ब्रैड दे उत्ते, ब्राउन ब्रैड दे उत्ते लाया। ते तुसीं इसनू सवेर दे ब्रेकफास्ट दे विच खा सकदे हां। ते बाकी जिहड़ा सी तुसीं इस तरह का कोई कच दा लै लैणा सुक्का बर्तन, ਉਹਦੇ ਵਿੱਚ ਸਟੋਰ ਕਰਕੇ ਬਾਕੀ ਦਾ ਰੱਖ ਸਕਦੇ ਹਾਂ ਫਰਿੱਜ ਵਿੱਚ। 2 ਤੋਂ 3 ਮਹੀਨੇ ਵਿੱਚ ਆਰਾਮ ਨਾਲ ਖਾ ਸਕਦੇ ਹਾਂ। ਸਵੇਰ ਦੇ ਬ੍ਰੇਕਫਾਸਟ ਵਿੱਚ ਖਾਓ, ਬੱਚਿਆਂ ਨੂੰ ਖਿਲਾਓ। ਬਾਕੀ ਮੇਰੀ ਵੀਡੀਓ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ। ਐਪਲ ਜੈਮ ਬਣਾਉਣ ਵਾਸਤੇ ਆਪਾਂ ਨੂੰ ਇਸ ਤਰ੍ਹਾਂ ਦੇ, ਮੈਂ 1 ਕਿਲੋ ਐਪਲ ਲੈ ਲਏ ਆ, ਅਤੇ ਇਸ ਤਰ੍ਹਾਂ ਦੇ ਪੱਕੇ ਪੱਕੇ ਐਪਲ ਹੋਣੇ ਚਾਹੀਦੇ, ਕੋਈ ਦਾਗੀ ਨਹੀਂ ਹੋਣਾ ਚਾਹੀਦਾ। ਅਤੇ ਇਹਨਾਂ ਸਾਰਿਆਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਅਤੇ ਰੱਖ ਲਿਆ। ਅਤੇ ਸਭ ਤੋਂ ਹੁਣ ਪਹਿਲਾਂ ਆਪਾਂ ਇਹਨਾਂ ਨੂੰ ਛਿੱਲਾਂਗੇ ਐਪਲਾਂ ਨੂੰ। ਐਪਲ ਜੈਮ ਬਣਾਵਾਂਗੇ ਆਪਾਂ ਇਸ ਤਰ੍ਹਾਂ। ਇਸ ਤਰ੍ਹਾਂ ਛਿਲਕਾ ਲਾ ਕੇ ਇਹਦਾ ਸਾਰੇ ਐਪਲ ਆਪਾਂ ਛਿੱਲਾਂਗੇ। ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਕੱਦੂਕਸ ਕਰਾਂਗੇ। ਹੁਣ ਸਾਰੇ ਐਪਲ ਨੂੰ ਛਿੱਲ ਕੇ ਮੈਂ ਤਿਆਰ ਕਰ ਲਿਆ, ਅਤੇ ਹੁਣ ਇਹਨਾਂ ਨੂੰ ਕੱਦੂਕਸ ਕਰ ਰਹੇ ਹਾਂ ਸਭ ਤੋਂ ਪਹਿਲਾਂ। ਅਤੇ ਇਹਨਾਂ ਦੇ ਵਿਚਲੇ ਬੀਜ ਆ ਜਿਹੜੇ, ਜਦੋਂ ਕੱਦੂਕਸ ਕਰਾਂਗੇ ਤਾਂ ਉਹਦੇ ਵਿੱਚੋਂ ਫਿਰ ਕੱਢ ਲਾਂਗੇ ਦੇਖ ਕੇ। ਕੱਦੂਕਸ ਕਰਨ ਦੇ ਨਾਲ ਆਪਣਾ ਜਿਹੜਾ, ਦੇਖੋ ਇਸ ਤਰ੍ਹਾਂ ਦੇ ਜਿਹੜੇ ਬੀਜ ਆ, ਆਪਾਂ ਜੋ ਵੀ ਆਪਾਂ ਨੂੰ ਨਜ਼ਰ ਆਊਗੇ ਸਾਰੇ ਬੀਜ ਆਪਾਂ ਕੱਢ ਲਵਾਂਗੇ ਵਿੱਚੋਂ, ਬੀਜ ਨਹੀਂ ਵਿੱਚ ਹੋਣੇ ਚਾਹੀਦੇ। ਕੱਦੂਕਸ ਕਰਨ ਦੇ ਨਾਲ ਆਪਣਾ ਜਿਹੜਾ ਮੁਰੱਬਾ ਆ ਬਹੁਤ ਸ਼ਾਈਨੀ ਸ਼ਾਈਨੀ ਬਣਦਾ। ਉਸ ਤੋਂ ਬਾਅਦ ਫਿਰ ਆਪਾਂ ਧੋਣ ਦਿਖਾਉਂਦੇ ਹਾਂ ਕੱਦੂਕਸ ਕਰਨ ਤੋਂ ਬਾਅਦ। ਹੁਣ ਇਹਨਾਂ ਨੂੰ ਮੈਂ ਕੱਦੂਕਸ ਕਰ ਲਿਆ ਚੰਗੀ ਤਰ੍ਹਾਂ, ਅਤੇ ਜਿਹੜੇ ਇਹਨਾਂ ਦੇ ਬੀਜ ਆ ਇਹਦੇ ਵਿੱਚੋਂ ਬਾਹਰ ਕੱਢ ਦਿੱਤੇ ਸਾਰੇ। ਅਤੇ ਹੁਣ ਉੱਧਰ ਕੜਾਹੀ ਨੂੰ ਆਪਾਂ ਧੋ ਕੇ ਗੈਸ 'ਤੇ ਰੱਖ ਦਿੱਤਾ, ਤਾਂ ਮੀਡੀਅਮ ਸੇਕ 'ਤੇ ਇਹਨੂੰ ਕੜਾਹੀ ਦੇ ਵਿੱਚ ਪਾ ਕੇ ਇਹਨੂੰ ਭੁੰਨਾਂਗੇ ਚੰਗੀ ਤਰ੍ਹਾਂ, ਇਹਦਾ ਪਾਣੀ ਸੁਕਾਵਾਂਗੇ। ਇਹਦਾ ਵਧੀਆ ਐਪਲ ਜੈਮ ਬਣਾਵਾਂਗੇ ਆਪਾਂ। ਇਸ ਜੈਮ ਨੂੰ ਤੁਸੀਂ ਸਵੇਰ ਨੂੰ ਬ੍ਰੇਕਫਾਸਟ ਦੇ ਵਿੱਚ ਆਪਣੇ ਬੱਚਿਆਂ ਨੂੰ ਰੋਟੀ ਦੇ ਉੱਤੇ ਲਾ ਕੇ, ਬ੍ਰੈਡ ਦੇ ਉੱਤੇ ਲਾ ਕੇ, ਬਹੁਤ ਸਵਾਦ ਲੱਗਦਾ ਇਹ। ਚਾਹ ਦੇ ਨਾਲ ਦੇ ਸਕਦੇ ਹਾਂ, ਬੱਚੇ ਵੱਡੇ ਨੂੰ ਖਾ ਕੇ ਸਾਰੇ ਬਹੁਤ ਖੁਸ਼ ਆ। ਬਾਜ਼ਾਰ ਨਾਲੋਂ ਸਸਤਾ ਪੈਂਦਾ, ਅਤੇ ਤੁਸੀਂ ਵੀ ਇਸ ਤਰ੍ਹਾਂ ਆਪਣੇ ਘਰ ਦੇ ਵਿੱਚ ਬਣਾਉਣ ਦੀ ਟਰਾਈ ਕਰਿਓ, ਅਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਡਾ ਜਿਹੜਾ ਐਪਲ ਜੈਮ ਕਿਸ ਤਰ੍ਹਾਂ ਦਾ ਬਣਿਆ। ਹੁਣ ਆਪਾਂ ਮੀਡੀਅਮ ਸੇਕ 'ਤੇ ਇਹਨੂੰ 7-8 ਮਿੰਟ ਵਾਸਤੇ ਇਸੇ ਤਰ੍ਹਾਂ ਹੀ ਕੋਲ ਖੜ੍ਹੇ ਹੋ ਕੇ ਪਕਾਵਾਂਗੇ। ਜਦੋਂ ਚੰਗੀ ਤਰ੍ਹਾਂ ਪੱਕ ਜਾਊਗਾ ਇਹ, ਪਾਣੀ ਸੁੱਕ ਜਾਊਗਾ, ਉਸ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਂਦੇ ਹਾਂ। ਹੁਣ ਤੁਸੀਂ ਦੇਖ ਸਕਦੇ ਹੋ ਇਹਨੂੰ ਢੱਕ ਕੇ, ਇਹਨੂੰ ਮੈਂ ਵਿੱਚ ਵਿੱਚ ਹਿਲਾਇਆ ਅਤੇ 7-8 ਮਿੰਟ ਵਾਸਤੇ ਇਹਨੂੰ ਮੈਂ ਪਕਾਇਆ। ਦੇਖੋ ਇਹਦਾ ਕਲਰ ਵੀ ਚੇਂਜ ਹੋ ਚੁੱਕਾ ਬਰਾਊਨ, ਅਤੇ ਪਾਣੀ ਵੀ ਵਿੱਚ ਸੁੱਕ ਗਿਆ ਚੰਗੀ ਤਰ੍ਹਾਂ, ਅਤੇ ਇੱਦਾਂ ਰਹਿ ਗਿਆ ਸੁੱਕ ਸੁੱਕ ਕੇ। ਜਦੋਂ ਇਸ ਸਟੇਜ 'ਤੇ ਹੋਵੇ ਪਾਣੀ ਸਾਰਾ ਐਨ ਵਿੱਚੋਂ ਸੁੱਕ ਜਾਵੇ, ਉਦੋਂ ਫਿਰ ਆਪਾਂ ਇਹਦੇ ਵਿੱਚ ਖੰਡ ਪਾਉਣੀ ਸ਼ੁਰੂ ਕਰਨੀ ਆ। ਹੁਣ 1 ਕਿਲੋ ਮੇਰੇ ਐਪਲ ਸੀ, ਅਤੇ 250 ਗ੍ਰਾਮ ਮੈਂ ਜਿਹੜੀ ਆ ਵਿੱਚ ਚੀਨੀ ਪਾਈ ਆ। ਬਰਾਊਨ ਸ਼ੂਗਰ ਆ ਮੇਰੇ ਕੋਲ, ਤੁਸੀਂ ਵਾਈਟ ਵੀ ਸ਼ੂਗਰ ਇਹਦੇ ਵਿੱਚ ਪਾ ਸਕਦੇ ਹਾਂ। ਇਹਦੇ ਨਾਲ ਹੀ ਫਿਰ ਆਪਾਂ ਜਿਹੜੀ ਛੋਟੀ ਗ੍ਰੀਨ ਇਲਾਇਚੀ ਆ ਉਹਦਾ ਪਾਊਡਰ ਪਾਵਾਂਗੇ ਵਿੱਚ। ਗ੍ਰੀਨ ਇਲਾਇਚੀ ਨੂੰ ਮੈਂ ਪੀਸ ਲਿਆ ਚੰਗੀ ਤਰ੍ਹਾਂ ਫਲੇਵਰ ਵਾਸਤੇ, ਪਾਉਣ ਦੇ ਨਾਲ ਇਹਦਾ ਜਿਹੜਾ ਆ ਟੇਸਟ ਆ ਇਹਦਾ ਬਹੁਤ ਹੀ ਵਧੀਆ ਆਉਂਦਾ ਆਪਾਂ ਨੂੰ ਖਾਣ ਦੇ ਵਿੱਚ। ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾਵਾਂਗੇ, ਅਤੇ ਕੋਲ ਖੜ੍ਹੇ ਹੋ ਕੇ ਦੇਖੋ ਚੀਨੀ ਨੇ ਵੀ ਹੁਣ ਪਾਣੀ ਛੱਡ ਦਿੱਤਾ। ਹੁਣ ਇਹਦਾ ਵੀ ਪਾਣੀ ਆਪਾਂ ਚੰਗੀ ਤਰ੍ਹਾਂ ਸੁਕਾਵਾਂਗੇ। 4 ਤੋਂ 5 ਮਿੰਟ ਆਪਾਂ ਨੂੰ ਹੋਰ ਲੱਗਣੇ ਆ, ਜਦੋਂ ਐਨ ਪਾਣੀ ਆਪਣਾ ਸੁੱਕ ਜਾਊਗਾ ਉਸ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਂਦੇ ਹਾਂ। ਇਸ ਤਰ੍ਹਾਂ ਇਹਨੂੰ ਛੱਡ ਕੇ ਨਹੀਂ ਜਾਣਾ, ਕੋਲ ਖੜ੍ਹੇ ਹੋ ਕੇ ਇਸ ਤਰ੍ਹਾਂ ਮੀਡੀਅਮ ਸੇਕ 'ਤੇ ਪਾਉਣਾ। ਦੇਖੋ ਕਿੰਨਾ ਵਧੀਆ ਇਹਦਾ ਓਰੀਜਨਲ ਕਲਰ ਆਇਆ। ਕਈ ਲੋਕ ਇਹਦੇ ਵਿੱਚ ਫੂਡ ਕਲਰ ਵੀ ਪਾ ਲੈਂਦੇ ਆ, ਪਰ ਮੈਂ ਨਹੀਂ ਪਾਇਆ। ਜੇ ਤੁਹਾਡਾ ਮਾਈਂਡ ਫੂਡ ਕਲਰ ਪਾਉਣ ਦਾ ਆ, ਤਾਂ ਤੁਸੀਂ ਇਹਦੇ ਵਿੱਚ ਫੂਡ ਕਲਰ ਵੀ ਪਾ ਸਕਦੇ ਆ। ਬਾਕੀ ਹੁਣ ਇਹਨੂੰ ਢੱਕ ਕੇ ਕੋਲ ਖੜ੍ਹੇ ਹੋ ਕੇ 4 ਤੋਂ 5 ਮਿੰਟ ਤਾਂ ਇਸ ਤਰ੍ਹਾਂ ਪਕਾਵਾਂਗੇ, ਇਹਦੇ ਵਿੱਚ ਵਿੱਚ ਇਹਨੂੰ ਕੋਲ ਖੜ੍ਹੇ ਹੋ ਕੇ ਹਿਲਾਵਾਂਗੇ। ਉਸ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਂਦੇ ਹਾਂ, ਹੁਣ ਤੁਹਾਨੂੰ ਦਿਖਾਉਂਦੇ ਹਾਂ
देखो जड़ी है चीनी सी विचों जड़ी है एडजस्ट कर ली है इन्हें चंगी तरह तो यह गाढ़ा भी हो चुका इस तरह के होना चाहिए देखो इस तरह का तो हूँ इतने तुम्हें मैं कुछ दसना चाहनी हाँ ये तुम नींबू भी पा सकते हैं नींबू का रस भी पा सकते हैं तो मेरे को एप्पल का वेनगर आ ये आ तुसी देख सकते हैं ऑरगैनिक एप्पल वेनगर आ ये मैं जो ठंडा होने तो बाद मैं ठंडा इनू कर लिया हूँ ये वन टेबल स्पून है जोड़ा एप्पल का वेनगर पावे जे थोड़े को है नहीं गा ये तो तुम ये नींबू का रस भी पा सकते हैं ये पाउण के नाल टेस्ट है जोड़ा होर भी वधिया बन जाता है ये पाने तो बाद फिर आप चंगी तरह इन मिक्स करांगे हम एप्पल का जोड़ा अपना जैम है जोड़ा बन के तैयार है तो हूँ इन साफ करने वाका वास्ते आप कच के भांडे कड़ा इस तरह सुक्का भांडा तुम ले लेना कच का कोई भी ढक्कन वाला ले लो चाहे अपना डब्बा कोई भी होवे उन्हें बंद करके जो भी कढ़ना तुम सुक्के हथ थान कढ़ना चमचे के नाल गिला चमचा नहीं चुका सवेर में ब्रैड में बच्चों ब्रेकफास्ट ला के दो रोटी के उत्ते रख के ला लो बहुत ही स्वाद लगता है तुम भी अपने इस तरह घर में बना की ट्राई करनी तो बाकी मेरी वीडियो इतने तक सी अगली वीडियो फिर मिलते हैं जी बहुत बहुत धन्यवाद वीडियो देखने वास्ते।